ਇੱਕ ਆਦਮੀ ਦੁਨੀਆ 'ਤੇ ਜਾਂਦਾ ਤਾਂ ਉਹ ਇਕੱਲਾ ਜਾਂਦਾ ਹੈ, ਇੱਕ ਜਾਂਦਾ ਹੈ ਉਹ ਦਸਾਂ ਪਰਸਰ ਪੈਣਾ, ਇੱਕ ਜਾਂਦਾ ਹੈ ਉਹ 100 ਬੰਦੇ ਪਰਸਰ ਪੈਂਦਾ, ਇੱਕ ਬੰਦਾ ਜਾਂਦਾ ਹੈ ਉਸ ਆਪਣੇ ਸ਼ਹਿਰ ਪਰਸਰ ਪੈਂਦਾ। ਇੱਕ ਐਸੇ ਬੰਦੇ ਹੁੰਦੇ ਨੇ ਕਿ ਕਿਤਨੀਆਂ ਮੁਲਖਾਂ ਦੇ ਪਰਸਰ ਪੈਂਦਾ, ਯਾਨੀ ਕਿ ਉਹਨਾਂ ਦੀ ਮੁਹੱਬਤ ਇਤਨੀ ਹੋਣੀ ਹੈ, ਅੱਲਾਹ ਸੂਦ ਰਜ਼ਾਇ ਇਤਨੀ ਹੋਣੀ ਹੈ, ਅੱਲਾਹ ਸੂਦ ਨੇ ਕਰਮ ਉਹਨਾਂ 'ਤੇ ਇਤਨਾ ਹੋਣਾ ਹੈ ਕਿ ਹੁਣ ਮਖਲੂਕ ਇਤਨੀ ਬਿਹਤਰੀ ਸੋਚਦੇ ਨੇ। ਹਜ਼ਰਤ ਇਬਰਾਹਿਮ ਬਿਨ ਅਦਮ ਰਹਿਮਤੁੱਲਾ ਜਿਹੜਾ ਵਿਸਾਲ ਹੋਇਆ ਤਾਂ ਆਥਰ ਦੇ ਸਮਾਨ ਦੀ ਆਵਾਜ਼ ਆਈ, ਅੱਜ ਉਸ ਦਾ ਵਿਸਾਲ ਲੋਕ ਉਸ ਆਦਮੀ ਦਾ ਸ਼ਖਸ ਦਾ ਵਿਸਾਲ ਹੋਇਆ ਜਿਹਦੀ ਵਜ੍ਹਾ ਪੂਰੀ ਦੁਨੀਆਂ 'ਚ ਅਮਨ ਸੀ, ਲੋਕ ਬੜੇ ਆਰਾਮ ਹੋਏ ਕਿਹੜਾ ਆਦਮੀ ਹੋ ਸਕਦਾ। ਫਿਰ ਪਤਾ ਚੱਲਿਆ ਦਿੱਤੇ ਮਤਲਬ ਪਿਆ ਜਿਹੜੇ ਸਨ ਇਬਰਾਹਿਮ ਅਦਮ ਰਹਿਮਤੁੱਲਾ ਦਾ ਵਿਸਾਲ ਹੋਇਆ, ਐਸੇ ਐਸੇ ਪਾਕ ਬਾਦ ਲੋਕ ਆਉਂਦੇ। ਔਰ ਹਜ਼ਰਤ ਦਾਊਦ ਤਾਈ ਰਹਿਮਤੁੱਲਾ ਜਿਸ ਤੋਂ ਵਿਸਾਲ ਹੋਇਆ ਉਹਨਾਂ ਨੇ ਖਾਬ ਦੇ ਵਿੱਚ, ਉਹ ਜਿਹੜੇ ਬਜ਼ੁਰਗ ਸਨ ਤਾਂ ਉਹਨਾਂ ਨੇ ਖਾਬ ਵੀ ਦੇਖਿਆ ਅਤੇ ਉਦੋਂ ਉਹਨਾਂ ਨੇ ਸਾਲ ਹੋ ਰਿਹਾ ਉਦੋਂ ਖਾਬ ਵੀ ਦੇਖ ਰਹੇ, ਉਹ ਉੱਡਦੇ ਜਾ ਰਹੇ। ਪਰ ਮੈਂ ਜਾਣਾ ਕਿੱਧਰ ਜਾ ਰਹੇ ਹੋ, ਆਣੇ ਤੁਹਾਡੇ ਜਿਹੜੀਆਂ ਨੇ ਕੈਦਖਾਨੇ ਨਿਕਲ ਕੇ ਨੇ, ਮੈਂ ਆਜ਼ਾਦ ਹੋ ਕੇ ਜਾ ਰਿਹਾ। ਅਜੇ ਉਹ ਆਣੇ ਨੇ ਇਹ ਹਜ਼ੂਰ ਨੇ ਪਾਸ ਮਦੀਸ ਹਨ ਕਿ ਮੁਹੰਮਦ ਦੇ ਵਾਸਤੇ ਦੁਨੀਆਂ 'ਚ ਕੈਦਖਾਨਾ ਹੈ ਜੀ, ਤਾਂ ਉਹ ਆਣੇ ਇਸ ਕੈਦਖਾਨੇ ਨਿਕਲ ਕੇ ਨਾ ਤਾਂ ਮੈਂ ਆਜ਼ਾਦ ਹੋ ਕੇ ਅੱਲਾਹ ਸੁਲ ਪਾ ਕੇ ਜਾ ਰਿਹਾ। ਸੁਭਾਅ ਇਹਦਾ ਤੱਕਣੇ ਵੀ ਲੱਗੇਗੇ ਵਿਸਾਲ ਹੋਏ। ਤੋ ਅਲਹਮਦੁਲਿਲਾ ਜੀ ਇਹ ਨੇਕ ਪਾਕ ਲੋਕ ਆਉਂਦੇ ਨੇ ਤੋ ਜਿਹੜੇ ਕਿ ਅੱਲਾਹ ਸੁਲ ਨਾਲ ਜ਼ਿਕਰ ਕਰਦੇ, ਉਹਨਾਂ ਨੇ ਆਪਣੇ ਆਪਣੇ ਮਕਾਮ ਨੇ ਸਾਹਿਬ ਦੇ ਉੱਪਰ ਬੜਾ ਉਹਨੇ ਇਜ਼ਾਜ਼ ਦਿੱਤਾ ਜਾਣਾ। ਇਹ ਜਿਹੜਾ ਦੌਰ ਹੈ ਫਿਤਨੇ ਦਾ ਦੌਰ ਹੈ, ਇਸ ਦੌਰ ਦੇ ਵਿੱਚ ਯਾਨੀ ਕਿ ਮਖਲੂਕ ਖੁਦਾ ਦੀ ਬਿਹਤਰੀ ਕਰਨੀ ਔਰ ਖਰਚ ਕਰਨਾ ਔਰ ਦੀਨ ਨੂੰ ਮਜ਼ਬੂਤ ਕਰਨਾ, ਬਜ਼ੁਰਗਾਂ ਦੀਨ ਫਰਮਾਉਣੇ ਕਿ ਅਗਰ ਫਿਲਾ ਮੁਹੱਬਤ ਦੇ ਵਾਸਤੇ ਯਾਨੀ ਕਿ ਮਾਲ ਖਰਚ ਕਰਨਾ ਪਿਆ ਨਾ ਤਾਂ ਮਾਲ ਵੀ ਖਰਚ ਕਰਕੇ ਹਰ ਚੀਜ਼ ਖਰਚ ਕਰਕੇ ਫਿਲਾ ਮੁਹੱਬਤ ਬੁਲੰਦ ਕਰੋ, ਕਿਉਂਕਿ ਇਹ ਸਭ ਦੀਨ ਗਰੀਬ ਹੈ ਜੀ। ਦੀਨ ਬੁਲੰਦਗੀ ਕਰਨ ਵਾਸਤੇ ਜੋ ਤੁਹਾਡੇ ਕੋਲ ਸੋਰਸਿਸ ਹੈ ਨਾ ਸਾਰੇ ਇਸਤੇਮਾਲ ਕਰੋ। ਤੋ ਅਲਹਮਦੁਲਿਲਾ ਸੂਦ ਸਾਹਿਬ ਦੇ ਜੋ ਸੋਰਸਿਸ ਹੈ ਤੁਹਾਨੂੰ ਸਾਰੇ ਇਸਤੇਮਾਲ ਕੀਤੇ ਹਾਂਜੀ, ਉਹਨਾਂ ਕੋਲ ਮਾਲੀ ਜੋ ਕੁਝ ਹੈ ਉਹ ਵੀ ਖਰਚ ਕਰਦੇ ਰਹੇ। ਫਿਰ ਬੱਚਿਆਂ ਦੇ ਮਤਲਬ ਇੱਥੇ ਮਤਲਬ ਇਹ ਮਕਾਨ ਦੇ ਨੇ, ਇਹਨੂੰ ਬਣਾ ਕੇ ਜਨਾਬ ਵਾਲੀ ਇਹਨਾਂ ਹਾਲ ਬਣਾਇਆ, ਚਾਹੇ ਦੇਖ ਲਓ ਇੱਥੋਂ ਇੱਥੋਂ ਹੀ ਦੋ ਮਕਾਨ ਨੇ ਦੋ ਤਰ੍ਹਾਂ ਦੇ, ਇਹਨਾਂ ਨੂੰ ਕਰਾ ਕੇ ਤੁਸੀਂ ਕਿਰਾਏ ਦੇ ਸਕਦੇ ਸਨ, ਪੈਸਾ ਜਿਸ ਤਰ੍ਹਾਂ ਲੋਕ ਕਰਦੇ ਲੋਕ, ਉਹਨਾਂ ਨੇ ਇਸ ਜਗ੍ਹਾ ਨੂੰ ਬਣਾਇਆ ਕਿ ਇੱਥੇ ਅੱਲਾਹ ਦਾ ਜ਼ਿਕਰ ਹੋਵੇ। ਉਹ ਬੱਚਿਆਂ ਨੂੰ ਵੀ ਬਿਠਾ ਕੇ ਗਿਆ ਕਿ ਇਸ ਨੂੰ ਕਾਇਮ ਰੱਖਣਾ, ਇਸ ਨੂੰ ਕਾਇਮ ਰੱਖਣਾ, ਉੱਥੇ ਵੀ ਮਸਜਿਦ ਬਣਾਈ ਹੈ। ਅਜੇ ਦੋਸਤ ਗਏ ਦੇਖਿਆ ਉਹਨਾਂ ਨੇ, ਤੋ ਆਪਣੇ ਬਜ਼ੁਰਗਾਂ ਦੇ ਵਾਸਤੇ ਜਿਹੜੇ ਉਹਨਾਂ ਨੇ ਗੁੱਲੂ ਪਾਤਸ਼ਾਹ ਰਹਿਮਤੁੱਲਾ ਬਜ਼ੁਰਗ ਹੋਏ ਨੇ ਤੇ ਬੜੇ ਮਜ਼ਬੂਤ ਮਸ਼ਹੂਰ ਬਜ਼ੁਰਗ ਹੋਏ ਨੇ ਪਹਿਲੇ, ਉਹਨਾਂ ਨੇ ਰੋਦਾ ਬਣਾਇਆ ਹਾਂਜੀ, ਉਹਨਾਂ ਨੇ ਇਤਰਾਮ ਕੀਤਾ, ਉਹਨਾਂ ਨੇ ਵਾਪਸ ਦੱਸਿਆ ਜੇ ਸਾਡੇ ਖਾਨਦਾਨ ਦੇ ਇਹਨਾਂ ਵੱਲ ਆਜ਼ਾਦ ਜ਼ਿੰਦਗੀ ਅਤੇ ਹੋਰ ਜ਼ਿਆਦਾ ਰਹਿਮਤਾਂ ਨਾ ਕਰਵਾ, ਅੱਜ ਉਹਨਾਂ ਨੂੰ ਵੀ ਜਗ੍ਹਾ ਨੂੰ ਉੱਥੇ ਵੀ ਜਗ੍ਹਾ ਮਿਲੀ ਹਾਂਜੀ। ਤੋ ਯਾਨੀ ਕਿ ਕੋਈ ਉੱਥੇ ਕੋਠੀਆਂ ਬਣਾਉਣਾ ਹੈ, ਕੋਈ ਆਉਣਾ ਮਤਲਬ ਬੜੀਆਂ ਸ਼ਹਿਰਾਂ 'ਤੇ ਬਣਾਓ, ਉਹਨਾਂ ਨੇ ਕੀ ਕੀਤਾ ਕਿ ਇੱਥੇ ਅੱਲਾਹ ਦੇ ਰਸੂਲ ਦੇ ਨਾਂ ਦੇ ਵਾਸਤੇ ਬੁਲੰਦ ਕੀਤਾ ਹੈ ਹਾਂਜੀ, ਮਾਲੀ ਵੀ ਬਦਨੀ ਵੀ ਹਰ ਚੀਜ਼। ਤਾਂ ਜਿਹੜੇ ਲੋਕ ਅੱਲਾਹ ਦੇ ਰਸੂਲ ਦੇ ਰਜ਼ਾ ਦੇ ਖਾਤਰ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਚਮਕਣੇ ਉਹਨਾਂ ਦੇ ਚਿਹਰੇ ਨੇ,